ਸੋ ਸ੍ਰੀ ਗਰਜੀ ਕੀ ਹਾਲ ਹੈ ਜੀ ਸਾਰਿਆਂ ਦੇ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਕਰੋ ਜੀ ਨੋਟ ਸਕਰੀਨ ਤੇ ਹੈ ਜੇ ਕਿਸੇ ਵੀ ਨੇ ਕੋਠੀ ਦੀ ਮਕਾਨ ਦੀ ਜਾਂ ਕਿਸੇ ਵੀ ਗੱਡੀ ਦੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਤਾਂ ਜੀ ਜਿਹੜਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਪੰਜ-ਸੱਤ ਫੋਟੋਆਂ ਦੋ-ਤਿੰਨ ਮਿੰਟ ਦੀ ਵੀਡੀਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਾਂ ਤੁਹਾਡੀ ਜੜ ਆਪਣੇ ਚੈਨਲ ਤੇ ਕਰ ਦਾਂਗੇ ਤੇ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਜਦੋਂ ਵੀਰੇ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਐਡ ਵਾਸਤੇ ਤੇ ਜਿਹੜਾ ਉਹਦਾ ਰੇਟ ਆ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਵੇਚਿਆ ਕਰੋ ਤੇ ਅੱਗੇ ਆਪਾਂ ਹੁਣ ਗੱਡੀਆਂ ਦੀ ਗੱਲ ਕਰਦੇ ਆ ਆਪਣੇ ਕੋਲੇ ਗੱਡੀਆਂ ਪਹੁੰਚੀਆਂ ਨੇ ਬਹੁਤ ਸਾਰੀਆਂ ਸਭ ਤੋਂ ਪਹਿਲੀ ਗੱਡੀ ਆਪਣੇ ਕੋਲੇ Honda City ਪਹੁੰਚੀ ਆ 7 ਮਾਡਲ ਹੈ ਇੱਕ 50 ਡਿਮਾਂਡ ਹੈ ਫਰੀਦਕੋਟ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਵਧੀਆ ਮਿਊਜ਼ਿਕ ਸਿਸਟਮ ਹੈ ਮੈਟਿੰਗ ਵਧੀਆ ਹੋਈ ਹੈ ਜੀ ਤੇ AC ਹੀਟਰ ਚੱਲਦਾ ਹੈ ਸੀਟ ਕਵਰ ਵਧੀਆ ਨੇ ਮਾਲਕ ਵੀਰਾਂ ਦਾ ਨੰਬਰ ਕਰ ਲਓ ਵੀਰੇ ਨੋਟਸ ਸਕਰੀਨ ਤੇ 95013 464070 ਤੇ ਸੈਕੰਡ ਗੱਡੀ ਆਪਣੇ ਕੋਲੇ 스ਵਿਫਟ ਪਹੁੰਚੀ ਜੀ ਵੀਡੀਆਈ 2011 ਮਾਡਲ ਹੈ 265 ਡਿਮਾਂਡ ਹੈ ਲੁਧਿਆਣੇ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਨਵੇਂ ਟਾਇਰਾਂ ਚ ਕੰਡੀਸ਼ਨ ਦੀ ਬਹੁਤ ਵਧੀਆ ਜੀ ਰੰਗ ਪੈਣ ਜੈਨੂਨ ਹੈ ਨੋਨ ਐਕਸੀਡੈਂਟ ਹੈ 265 ਡਿਮਾਂਡ ਹੈ ਕਾਗਜ਼ ਪੱਤਰ ਪੂਰੇ ਨੇ ਸਰਵਿਸ ਵਗੈਰਾ ਸਾਰੀ ਹੋਈ ਹੈ ਜੀ ਤੇ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਿਓ ਵੀਰੇ ਸਕਰੀਨ ਤੇ 98140 ਤੇ 16968 ਤੈਨਾਂ ਨੂੰ ਇਸ ਨੰਬਰ ਤੇ ਫੋਨ ਕਰ ਲਿਓ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਵੀਰੇ ਕਰ ਲਿਓ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਡਿਜ਼ਾਇਰ ਪਹੁੰਚੀ ਆ 2016 ਮਾਡਲ 25 ਦਸੰਬਰ ਤੇ 585 ਮਾਲਕ ਵੀ ਨੇ ਡਿਮਾਂਡ ਰੱਖੀ ਆ ਗੁਰਦਾਸਪੁਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਨਵੇਂ ਟਾਇਰ ਨੇ ਪਹਿਲੇ ਓਨਰ ਗੱਡੀ ਹੈ ਜੀ ਇੱਕਾਤ ਗੱਡੀ ਚੱਲੀ ਆ ਪੀਵੀ ਨੰਬਰ ਹੈ ਜੀ ਤੇ ਵਧੀਆ ਰੰਗ ਪੈਂਟ ਹੈ ਨੋ ਐਕਸੀਡੈਂਟ ਹੈ ਕਿਸੇ ਪਾਸੋਂ ਕੋਈ ਸਿੰਗਲ ਸਕ੍ਰੈਚ ਵੀ ਗੱਡੀ ਤੇ ਹੈ ਨਹੀਂ 585 ਡਿਮਾਂਡ ਆ ਬਾਕੀ ਅੰਦਰੋਂ ਵਧੀਆ ਪਈ ਆ ਜਿੰਨੇ ਸੀਟ ਕਵਰ ਨੇ ਨਵੇਂ ਨੇ ਟੌਪ ਦੇ ਮੈਟਿੰਗ ਹੋਈ ਆ ਮਿਊਜ਼ਿਕ ਸਿਸਟਮ ਏਸੀ ਹੀਟਰ ਬਦਿਆ ਜੀ ਕਾਗਜ਼ ਪੱਤਰ ਪੂਰੇ ਨੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਨੋਟ ਕਰੋ 76588 87704 ਤੇ ਅਗਲੀ ਗੱਡੀ ਵੀਰੇ ਆਪਣੇ ਕੋਲੇ ਸਵਿਫਟ ਪਹੁੰਚੀ ਆ 2009 ਮਾਡਲ ਗੱਡੀ ਆ 2 ਲੱਖ ਤੇ 5000 ਮਾਲਕ ਵੀ ਨੇ ਡਿਮਾਂਡ ਰੱਖੀ ਆ ਫਤਿਹਗੜ੍ਹ ਸਾਈ ਮਾਲਕ ਵੀਰ ਦਾ ਏਰੀਆ ਜੀ 75% ਟਾਇਰਾਂ ਦੀ ਕੰਡੀਸ਼ਨ ਆ ਅਲਾਏ ਲੱਗੇ ਨੇ ਪੂਰੇ ਟੌਪ ਦੇ ਤੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਤੇ ਮਾਲਕ ਵੀ ਨੇ ਫੈਮਿਲੀ ਲਈ ਵਰਤੀ ਆ ਤੇ ਮਲਕ ਵੀਰ ਨੇ ਚਲਾਈਆ ਕੱਲੀ ਗੱਡੀ ਤੇ ਬਾਕੀ ਬਹੁਤ ਸਾਫ਼ ਪਈ ਹੈ ਜੀ ਰੰਗ ਪੈਂਟ ਜੈਨੂਮਨ ਹੈ ਨੋ ਐਕਸੀਡੈਂਟ ਹੈ ਤੇ 2-5 ਡਿਮਾਂਡ ਹੈ ਟਾਇਰ ਵਧੀਆ ਨੇ ਕਿਸੇ ਪਾਸੇ ਕੋਈ ਦਿੱਕਤ ਨਹੀਂ ਮਲਕ ਵੀਰਾਂ ਦਾ ਨੰਬਰ ਕਰ ਲਓ ਵੀਰੇ ਨੋਟ ਸਕਰੀਨ ਤੇ 73407 17290 ਤੇ ਇਹਨਾਂ ਨੂੰ ਫੋਨ ਕਰ ਲਓ ਜੀ ਤੇ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਕਰ ਲਓ ਜੀ ਅਗਲੀ ਗੱਡੀ ਵੀਰੇ ਆਪਣੇ ਕੋਲ ਜਨ ਪਹੁੰਚੇ ਜੀ ਪੈਟਰੋਲ ਤੇ ਗੱਡੀ ਹੈ ਜੀ ਤੇ 1999 ਮਾਡਲ ਹੈ ਏਸੀ ਹੀਟਰ ਚੱਲਦਾ ਜੀ ਸਾਰੀ ਗੱਡੀ ਦੀ ਸਰਵਿਸ ਹੋਈ ਐ ਤੇ ਰੰਗ ਪੜ ਤੁਸੀਂ ਦੇਖ ਰਹੂ ਬਿਲਕੁਲ ਵਧੀਆ ਜੀ ਤੇ ਮਾਲਕ ਵੀ ਨੇ ਨਵਾਂ ਕਰਾਇਆ ਲੱਗਦਾ ਰੰਗ ਬਾਕੀ ਗੱਡੀ ਬਹੁਤ ਵਧੀਆ ਜੀ ਤੇ ਜਲੰਧਰ ਖੜੀ ਆ ਤੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਐ ਅਲਾਈ ਲੱਗੇ ਨਹੀਂ ਤੇ ਨਵੇਂ ਸੀਟ ਕਵਰ ਨੇ ਨਵੀਂ ਮੈਟਿੰਗ ਹੋਈ ਐ ਤੇ ਸਾਰੀ ਗੱਡੀ ਦੀ ਟੋਟਲ ਸਰਵਿਸ ਹੋਈ ਐ ਜੀ ਕੋਈ ਕੰਮ ਨਹੀਂ ਭਾਲਦੀ ਗੱਡੀ ਬਹੁਤ ਵਧੀਆ ਜੀ ਤੇ ਮਾਲਕ ਵੀ ਨੇ ਰੇਟ ਰੱਖਿਆ 62000 ਆ ਗਏ ਜੀ 62000 ਦੀ ਮਾਲਕ ਵੀਰਾਂ ਦਾ ਨੰਬਰ ਕਰ ਲਓ ਜੀ ਨੋਟ 90417 97929 ਤੇ ਅਗਲੀ ਗੱਡੀ ਵੀਰੇ ਆਪਣੇ ਕੋਲੇ ਫੋਰ ਵਾਲਾਂ ਦੀ ਪਹੁੰਚੀ ਹੈ ਚਾਰ ਮਾਡਲ ਗੱਡੀ ਹੈ ਤੇ 2024 ਤੱਕ ਗੱਡੀ ਦੀ ਪਾਸਿੰਗ ਪਈ ਹੈ ਜੀ ਤੇ 95000 ਡਿਮਾਂਡ ਹੈ ਤੀਜੇ ਨਾਲ ਗੱਡੀ ਹੈ ਜੀ ਮਲੇਰਕੋਟਲੇ ਖੜੀ ਹੈ ਗੱਡੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ 16 ਇੰਚ ਅਲਾਈ ਲੱਗੇ ਨੇ ਜੀ ਟੌਪ ਦੇ ਅਲਾਈ ਲੱਗੇ ਨੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਏਸੀ ਹੀਟਰ ਚੱਲਦਾ ਮਿਊਜ਼ਿਕ ਸਿਸਟਮ ਵਧੀਆ ਜੀ ਤੇ ਸਾਰੀ ਗੱਡੀ ਦੀ ਸਰਵਿਸ ਹੋਈ ਹੈ ਜੀ ਟੋਟਲ ਬਾਕੀ ਤੁਹਾਡੇ ਸਾਹਮਣੇ ਗੱਡੀ ਦੇ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਨੇ ਗੱਡੀ ਚੈੱਕ ਕਰਨੀ ਹੋਵੇ ਦੇਖਣੀ ਹੋਵੇ ਮਲੇਰਕੋਟਲੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਵੀਰਾਂ ਦਾ ਨੰਬਰ ਕਰ ਲਓ ਜੀ ਨੋਟ 88727 52975 ਤੇ ਫੋਨ ਕਰ ਲਓ ਇਹਨਾਂ ਨੂੰ ਤੇ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਕਰ ਲਓ ਜੀ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਇਸੇ ਤਰ੍ਹਾਂ ਦੇ ਆਪਣੇ ਚੈਨਲ ਤੇ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਆ ਵੀਰੇ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਹੋਊ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟ ਤੇ ਸੈਟ ਕਰਕੇ ਕਲਿੱਕ ਕਰ ਦਿਓ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਉਸੇ ਟਾਈਮ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਸਪੋਰਟ ਕਰਿਆ ਕਰੋ ਵੀਰੇ ਤੁਹਾਡੇ ਕਰਕੇ ਜੀ ਆਪਣਾ ਚੈਨਲ ਹੈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੁਹਾਡੇ ਛੋੜੇ ਭਰਾ ਦਾ ਚੈ ਸਪੋਰਟ ਕਰਿਆ ਕਰੋ ਯਾਰ ਤੇ ਅੱਗੇ ਆਪਾਂ ਹੁਣ ਗੱਡੀ ਦੀ ਗੱਲ ਕਰਦਾ ਆਪਣੇ ਕੋਲੇ ਇਨੋਵਾ ਗੱਡੀ ਪਹੁੰਚੀ ਹੈ ਜੀ ਜੀ 4 ਸੱਤ ਮਾਡਲ ਗੱਡੀ ਹੈ ਜੀ ਤੇ ਇਹ ਗੱਡੀ ਵੀ ਰਿਆ ਅੰਮ੍ਰਿਤਸਰ ਤੋਂ ਪਹੁੰਚੀ ਆਪਣੇ ਕੋਲੇ 275 ਡਿਮਾਂਡ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਠੀਕ ਪਈ ਹੈ ਜੀ ਰੰਗ ਪੈਂਟ ਵਧੀਆ ਤੇ ਨੋਨ ਐਕਸੀਡੈਂਟ ਹੈ ਤੇ ਮਾਲਕ ਵੀ ਨੇ ਫੈਮਿਲੀ ਲਈ ਵਰਤੀ ਆ ਫੈਮਿਲੀ ਗੱਡੀ ਹੈ ਜੀ ਤੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਮਾਲਕ ਵੀਰ ਗਏ ਨੇ ਵਰ ਤੇ ਗੱਡੀ ਘਰੇ ਖੜੀ ਆ ਹ ਕਿਸੇ ਵੀ ਨੂੰ ਪਸੰਦ ਆਈ ਹੋਵੇ ਖਰੀਦਣੀ ਹੋਵੇ ਤਾਂ ਖਰੀਦ ਸਕਦੇ ਹੋ ਤੇ ਕੋਈ ਨਹੀਂ ਚਲਾਉਂਦਾ ਜੀ ਗੱਡੀ ਘਰੇ ਖੜੀ ਹੈ ਤੇ ਮਾਲਕ ਵੀ ਨੇ ਇੰਡੀਆ ਦਾ ਨੰਬਰ ਦਿੱਤਾ ਹੈ ਨੰਬਰ ਹੈ ਜੀ 99143 99599 ਤੇ ਬਾਹਰਲਾ ਨੰਬਰ ਮਾਲਕ ਵੀ ਨੇ ਦਿੱਤਾ ਨਹੀਂ ਕਿਉਂਕਿ ਉਹ ਨੰਬਰ ਮਿਲਣਾ ਨਹੀਂ ਜੀ ਕਿਉਂਕਿ ਬਾਹਰ ਹੀ ਲੱਗਦਾ ਉਹ ਨੰਬਰ ਬਾਕੀ ਮਾਲਕ ਵੀਰਾਂ ਦਾ ਨੰਬਰ ਕਰ ਲਓ ਜੀ ਨੋਟ ਇੰਡੀਆ ਵਾਲਾ 99143 99599 ਇਸ ਨੰਬਰ ਤੇ ਫੋਨ ਕਰ ਲਓ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਕਰ ਲਓ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਸਵਿਫਟ ਪਹੁੰਚੀ ਆ ਜੀ 2008 ਮਾਡਲ ਗੱਡੀ ਆ ਵੀਰੇ ਤੇ ਗੱਡੀ ਦੀ ਕੰਡੀਸ਼ਨ ਪਈਆ ਵਧੀਆ ਜੀ 1,60,000 ਮਾਰਕ ਵੀਨੇ ਡਿਮਾਂਡ ਰੱਖੀ ਆ ਗੱਡੀ ਸੰਗਰੂਰ ਏਰੀਆ ਚੋਂ ਪਹੁੰਚੀ ਆਪਣੇ ਕੋਲੇ 80-85 ਪੈਸੇ ਟੈਰਾਂ ਦੀ ਕੰਡੀਸ਼ਨ ਆ ਜੀ ਤੇ ਗੱਡੀ ਬਲੈਕ ਰੰਗ ਚਾ ਜੀ ਬਾਕੀ ਗੱਡੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਫੋਟੋਆਂ ਚੱਲ ਰਹੀਆਂ ਤੇ ਕਿਸੇ ਵੀ ਨੁਹਾ ਗੱਡੀ ਪਸੰਦ ਆਈ ਹੋਵੇ ਦੇਖਣੀ ਹੋਵੇ ਖਰੀਦਣੀ ਹੋਵੇ ਸੰਗਰੂਰ ਜਾ ਕੇ ਚੈੱਕ ਕਰ ਸਕਦਾ ਹਾਂ ਬਾਕੀ ਮਾਲਕ ਵੀ ਨੂੰ ਫੋਨ ਕਰ ਲਿਓ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਬਾਕੀ ਅੰਦਰ ਵਧੀਆ ਪਈਆਂ ਗੱਡੀਆਂ ਆ ਤੇ ਮਾਲਕ ਬਿਨਾ ਦਾ ਨੰਬਰ ਕਰ ਰੋ ਜੀ ਨੋਟ 98542 68 ਪੂਰਾ 900 ਤੇ ਫੋਨ ਕਰ ਲਓ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਵੀਰੇ ਕਰ ਲਿਓ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਸਵਿਫਟ ਡਿਜ਼ਾਇਰ ਪਹੁੰਚੀ ਆ 8 ਮਾਡਲ ਗੱਡੀ ਆ ਜੀ 2 ਲੱਖ ਡਿਮਾਂਡ ਹੈ ਗੁਰਦਾਸਪੁਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਸੈਕੰਡ ਓਨਰ ਗੱਡੀ ਹੈ ਜੀ ਦੂਜੇ ਨਾਂ ਕਾਗਜ਼ ਪੱਤਰ ਪੂਰੇ ਨੇ ਨਵੇਂ ਟਾਇਰ ਨੇ ਤੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਬਾਕੀ ਵੀਰੇ ਤੁਹਾਡੇ ਸਾਹਮਣੇ ਗੱਡੇ ਤੁਸੀਂ ਦੇਖ ਰਹੂ ਕਿਸੇ ਵੀ ਨੂੰ ਪਸੰਦ ਆਈ ਹੋਵੇ ਦੇਖਣੀ ਹੋਵੇ ਖਰੀਦਣੀ ਹੋਵੇ ਤਾਂ ਮਾਲਕ ਵੀਰ ਨੂੰ ਵੀਰੇ ਫੋਨ ਕਰ ਲਿਓ ਜੀ ਤੇ ਮਾਲਕ ਵੀਰਾਂ ਦਾ ਨੰਬਰ ਕਰ ਲਓ ਨੋਟ 85287 47474 ਤੇ ਫੋਨ ਕਰਕੇ ਜਾ ਕੇ ਦੇਖ ਕੇ ਤੇ ਡੀਲ ਗੱਡੀ ਦੀ ਕਰ ਲਿਓ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਰੇ ਸਪੋਰਟ ਕਰਿਆ ਕਰੋ ਤੁਹਾਡੇ ਕਰਕੇ ਜੀ ਆਪਣਾ ਚੈਨਲ ਹੈ ਬਦ ਤੋਂ ਬਦ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਆ ਕਰੋ ਤੇ ਕਿਸੇ ਵੀ ਨੈਅਰ ਕਰੋਣੀਆਂ ਸਟਾਰਟਿੰਗ ਦੇ ਵਿੱਚ ਆਪਣਾ ਨੰਬਰ ਹੈ ਉਸੇ ਨੰਬਰ ਤੇ ਫੋਟੋਆਂ ਜਾਣਕਾਰੀ ਸਾਰਾ ਕੁਝ ਭੇਜ ਸਕਦੇ ਹੋ ਨੈਅਰ ਤੁਹਾਡੇ ਆਪਾਂ ਕਰ ਦਾਂਗੇ ਬਾਕੀ ਹੁਣ ਦਿਓ ਜੀ ਇਜਾਜ਼ਤ ਮਿਲਦੇ ਆ ਵੀਰੇ ਜਲਦੀ ਇਸ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਮਸ਼ੀਨਰੀਆਂ ਦੇ ਨਾਲ ਜੀ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਖੁਸ਼ ਰਹੋ ਜੀ ਆਪਣੇ ਪਰਿਵਾਰ ਚ ਰਹੋ ਤੇ ਦੇਖਦੇ ਰਹੋ ਜੀ ਆਪਣੇ ਵੀਡੀਓ ਤੇ ਲਓ ਜੀ ਨਿਆਰੇ ਖੁਸ਼ ਰਹੋ ਜੀ ਠੰਡ ਆ ਗਈ ਥੋੜੀ ਬਚਤ ਰੱਖੋ ਆਪਣੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਬਚਾ ਕੇ ਰੱਖੋ ਜੀ